ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵਿੰਦਰ ਬਿੱਲਾ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਮੈਂ ਉਸ ਟੌਪਿਕ ਦੇ ਉੱਤੇ ਬੋਲ ਰਿਹਾ ਹਾਂ, ਗੱਲ ਕਰ ਰਿਹਾ ਤੁਹਾਡੇ ਨਾਲ। ਇੱਕ ਵੀਡੀਓ ਜੋ ਕਿ ਮੇਰੀ ਕੱਲ੍ਹ ਦੀ ਕਾਫੀ ਵਾਇਰਲ ਹੋ ਰਹੀ ਹੈ, ਉਹਦੇ ਪਿੱਛੇ ਦੇ ਸੱਚ ਬਾਰੇ ਮੈਂ ਤੁਹਾਡੇ ਨਾਲ ਬਰੀਫ ਕਰ ਰਿਹਾ। ਗੱਲ ਸੀ ਪਰਸੋਂ, ਜਾਣੀ ਕਿ 22 ਜੂਨ 2022 ਮੇਰੀ ਫਿਲਮ ਦਾ ਪ੍ਰੀਮੀਅਰ ਸੀਗਾ। ਉਸ ਪ੍ਰੀਮੀਅਰ ਦੌਰਾਨ ਬਹੁਤ ਸਾਰਾ ਮੀਡੀਆ ਪਹੁੰਚਿਆ ਹੋਇਆ ਸੀਗਾ। ਉਸ ਟਾਈਮ ਦੇ ਵਿੱਚ ਇੱਕ ਪੱਤਰਕਾਰ ਨੇ ਮੇਰੇ ਤੋਂ ਕੁਐਸਚਨ ਕੀਤਾ ਕਿ ਸਿੱਧੂ ਮੂਸੇਵਾਲੇ ਦਾ SYL ਗਾਣਾ ਕੱਲ੍ਹ ਨੂੰ 6 ਵਜੇ ਰਿਲੀਜ਼ ਹੋ ਰਿਹਾ, ਤੁਸੀਂ ਕੀ ਕਹੋਗੇ? ਉਸ ਟਾਈਮ ਦੇ ਵਿੱਚ ਮੈਂ ਆਨਸਰ ਦਿੱਤਾ ਵੀ ਚੰਗੀ ਗੱਲ ਹੈ, ਵਧੀਆ ਗੱਲ ਹੈ। ਆਫਟਰ ਦੈਟ ਮੈਂ ਨਾਲ ਦੀ ਨਾਲ ਮੈਂ ਆਪਣੀ ਫਿਲਮ ਦੇ ਟੌਪਿਕ ਦੇ ਉੱਤੇ ਬੋਲਣਾ ਸ਼ੁਰੂ ਕਰ ਦਿੱਤਾ। ਉਸ ਇੰਟਰਵਿਊ ਦੇ ਵਿੱਚੋਂ ਕਿਸੇ ਨੇ ਉਹ ਪਾਰਟ ਦੇਖ ਕੇ ਕਿਸੇ ਮੇਰੇ ਵੀਰ ਨੇ ਸੋਚਿਆ ਕਿ ਲੱਗਿਆ ਉਹਨੂੰ ਵੀ ਮੈਂ ਸਿੱਧੂ ਦੀ ਕੋਈ ਡਿਸਰਿਸਪੈਕਟ ਕੀਤੀ ਹੈ। ਪਰ ਤੁਸੀਂ ਵੀ ਉਹ ਵੀਡੀਓ ਦੇਖਿਆ, ਉਹਦੇ ਵਿੱਚ ਮੈਂ ਸਿੱਧੂ ਮੂਸੇਵਾਲੇ ਦੇ ਗਾਣੇ ਬਾਰੇ, SYL ਬਾਰੇ ਜਾਂ ਸਿੱਧੂ ਬਾਰੇ ਕੋਈ ਵੀ 1% ਵੀ ਗਲਤ ਨਹੀਂ ਬੋਲਿਆ। ਬਟ ਉਸ ਟਾਈਮ ਦੇ ਵਿੱਚ ਸਮਾਂ ਇਹ ਸੀ ਕਿ ਬਹੁਤ ਸਾਰਾ ਮੀਡੀਆ ਆਇਆ ਹੋਇਆ ਸੀਗਾ, ਸਮਾਂ ਬਹੁਤ ਘੱਟ ਸੀਗਾ, ਸਾਰਿਆਂ ਨੂੰ ਜਲਦੀ ਤੋਂ ਜਲਦੀ ਕਵਰ ਕਰਕੇ ਫ੍ਰੀ ਕਰਨਾ ਸੀਗਾ। ਇੰਨਾ ਸੀ ਵੀ ਮੈਂ ਉਸ ਟਾਈਮ ਦੇ ਵਿੱਚ ਘੱਟ ਬੋਲ ਸਕਿਆ, ਉਸ ਟੌਪਿਕ ਦੇ ਉੱਤੇ ਸ਼ਬਦ ਘੱਟ ਬੋਲੇ, ਮੇਰੇ ਕੋਲ ਸ਼ਬਦ ਘੱਟ ਸੀ ਉਸ ਟਾਈਮ ਦੇ ਵਿੱਚ ਬੋਲਣ ਵਾਸਤੇ ਸਮੇਂ ਕਰਕੇ। ਬਾਕੀ ਗੱਲ ਰਹੀ ਉਸ ਗਾਣੇ ਦੀ, ਸਿੱਧੂ ਮੂਸੇਵਾਲੇ ਦੇ ਗਾਣੇ ਦੀ, ਉਹ ਇੰਨਾ ਕਮਾਲ ਦਾ ਗਾਣਾ। ਉਸ ਇੰਟਰਵਿਊ ਤੋਂ ਬਾਅਦ ਨੈਕਸਟ ਡੇ ਗਾਣਾ ਰਿਲੀਜ਼ ਹੋਇਆ, ਅਤੇ ਜਦੋਂ ਗਾਣਾ ਮੈਂ ਸੁਣਿਆ, ਪੰਜਾਬ ਦੇ ਪ੍ਰਾਣੀਆਂ ਦੀ, ਪੰਜਾਬ ਦੇ ਮੁੱਦਿਆਂ ਦੀ, ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ, ਕਿਹਨੂੰ ਨਹੀਂ ਚੰਗਾ ਲੱਗੂਗਾ ਉਹ ਗਾਣਾ? ਸਾਡਾ ਆਪਦਾ ਗਾਣਾ ਹੈ, ਪੰਜਾਬ ਦਾ ਗਾਣਾ। ਮੈਂ ਤਾਂ ਖੁਦ ਪੰਜਾਬ ਲਈ ਗਾਇਆ, ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਆਰਾ ਵਾਂ, ਮੈਂ ਜੋ ਵੀ ਦੂਨ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ। ਤੁਸੀਂ ਵੀ ਮੈਨੂੰ ਪਰਿਵਾਰਕ ਸਿੰਗਰ ਕਹਿੰਦੇ ਹੋ, ਤੁਸੀਂ ਵੀ ਕਹਿੰਦੇ ਵੀ ਸਾਡਾ ਸਿੰਗਰ ਇਹਨੇ, ਤਾਂ ਅੱਜ ਤੱਕ ਇੱਕ ਵੀ ਕੰਟਰੋਵਰਸੀ ਨਹੀਂ ਕੀਤੀ, ਇੱਕ ਵੀ ਗਾਣਾ ਇੱਦਾਂ ਦਾ ਨਹੀਂ ਗਾਇਆ। ਮੈਂ ਕਿਸੇ ਦੀ ਡਿਸਰਿਸਪੈਕਟ ਕਿਵੇਂ ਕਰ ਸਕਦਾ? ਉਹਦੇ ਗਾਣਿਆਂ ਦਾ ਮੈਂ ਵੀ ਫੈਨ ਹੈ, ਮੈਂ ਵੀ ਸੁਣਦਾ ਰਿਹਾ, ਮੇਰੇ ਇਲਾਕੇ ਦਾ। ਤੁਸੀਂ ਕੀ ਪੂਰੀ ਦੁਨੀਆ ਦੇ ਵਿੱਚ ਗੋਰੇ ਕਾਲੇ ਉਹਦੇ ਸਾਰੇ ਫੈਨ ਸੀਗੇ? ਮੈਂ ਵੀ ਸੁਣਦਾ ਰਿਹਾ। ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਤੁਸੀਂ ਮੇਰੇ ਗਾਣੇ ਸੁਣੇ, 1-20% ਮੇਰੇ ਕਿਸੇ ਗਾਣੇ ਦੇ ਵਿੱਚ ਕੋਈ ਲੱਚਰਤਾ ਜਾਂ ਕੋਈ ਗਲਤ ਗਾਣਾ ਨਹੀਂ ਹੈਗਾ। ਮੇਰੀ ਬੇਨਤੀ ਹੈ ਕਿ ਮੇਰੇ ਵੀਰ, ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਦਾਂ ਵੀਡੀਓ ਵਾਇਰਲ ਕਰ ਰਹੇ ਹੋ ਮੇਰੀਆਂ, ਆਪਾਂ ਸਾਰੇ ਇਕੱਠੇ ਹੋਈਏ ਯਾਰ, ਮੈਂ ਵੀ ਤੁਹਾਡਾ ਭਰਾ ਹੈ, ਠੀਕ ਹੈ, ਮੈਂ ਵੀ ਕਿਸੇ ਮਾਂ ਦਾ ਪੁੱਤ ਹਾਂ ਯਾਰ, ਕਿਸੇ ਦਾ ਭਾਈ ਹੈਗਾ। ਇੱਦਾਂ ਕਿਸੇ ਦੇ ਆਪਾਂ ਠੇਸ ਨਾ ਪਹੁੰਚਾਈਏ। ਸਿੱਧੂ ਮੂਸੇਵਾਲੇ ਨਾਲ ਮੇਰਾ ਵੀ ਪਿਆਰ ਸੀਗਾ ਯਾਰ, ਮੈਂ ਵੀ ਗਾਣੇ ਸੁਣਿਆ ਉਹਦੇ। ਹੱਥ ਬਣ ਕੇ ਬੇਨਤੀ ਹੈ ਸਾਡੇ ਪੰਜਾਬ ਨੂੰ, ਪੰਜਾਬ ਹੀ ਰਹਿਣ ਦੀ, ਆਪਾਂ ਆਪਣੇ ਪੰਜਾਬ ਨੂੰ ਖੁਸ਼ ਰੱਖੀਏ ਸਾਰਿਆਂ ਨੂੰ। ਪੰਜਾਬ ਦੇ ਵਿੱਚ ਮਾਹੌਲ ਪਹਿਲਾਂ ਹੀ ਬਹੁਤ ਗੜਬੜ ਜਾ ਰਹੀ ਹੈਗੀ, ਆਪਾਂ ਕਿਉਂ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵਾਇਰਲ ਕਰਕੇ ਆਪਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਇਕੱਠੇ ਹੋਈਏ, ਪੰਜਾਬ ਨੂੰ ਪੰਜਾਬ ਬਣਾਈਏ। ਸਿੱਧੂ ਮੂਸੇਵਾਲੇ ਦਾ ਫੈਨ ਮੈਂ ਵੀ ਹਾਂ ਅਤੇ ਤੁਸੀਂ ਵੀ ਹੋ, ਮੈਂ ਵੀ ਆਲਵੇਜ਼ ਉਹਦੇ ਗਾਣੇ ਸੁਣਦਾ ਰਹੇਗਾ ਅਤੇ ਸੁਣਦਾ ਰਹੂੰਗਾ। ਜਿੰਦਾਬਾਦ, ਖੁਸ਼ ਰਹੋ, ਸਤਿ ਸ਼੍ਰੀ ਅਕਾਲ।